ਪੰਜਾਬੀ ਦਾ ਫੇਮਸ ਸਿੰਗਰ ਤੇ ਰਾਈਟਰ ਵੀਤ ਬਲਜੀਤ, ਜਿਨ੍ਹਾਂ ਨੇ ਕਿ ਆਪਣੇ ਗਾਣਿਆਂ ਨਾਲ ਲੋਕਾਂ ਨੂੰ ਬਹੁਤ ਐਂਟਰਟੇਨ ਕੀਤਾ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਨਾਲ ਉਹ ਕੁਝ ਪੰਜਾਬੀ ਮੂਵੀਜ਼ ਦੇ ਵਿੱਚ ਵੀ ਸਪੋਰਟਿਵ ਰੋਲ 'ਚ ਦਿਖਾਈ ਦਿੱਤੇ, ਜਿਵੇਂ ਕਿ ਕੁੜਮਾਈਆਂ, ਲੌਂਗ ਲਾਚੀ ਤੇ ਬੰਬੂਗਾੜ। ਪਰ ਆਪਣੀ ਅਗਲੀ ਪੰਜਾਬੀ ਮੂਵੀ ਦੇ ਵਿੱਚ ਐਜ਼ ਅ ਲੀਡ ਐਕਟਰ ਦਿਖਾਈ ਦੇਣਗੇ ਤੇ ਇਸ ਪੰਜਾਬੀ ਮੂਵੀ ਦਾ ਨਾਮ ਹੈ ਭਾਖੜਾ ਮੈਂ ਤੇ ਤੂੰ। ਵੀਤ ਬਲਜੀਤ ਦੀ ਇਸ ਮੂਵੀ ਦਾ ਸ਼ੂਟ ਸਟਾਰਟ ਹੋ ਚੁੱਕਿਆ। ਮੂਵੀ ਦੀ ਬਾਕੀ ਜਾਣਕਾਰੀ ਤੋਂ ਪਹਿਲਾਂ ਤੁਹਾਨੂੰ ਲੈ ਚੱਲਦੇ ਹਾਂ ਮੂਵੀ ਦੇ ਸ਼ੂਟ ਵੱਲ। ਜਿਵੇਂ ਕਿ ਤੁਹਾਨੂੰ ਦੱਸ ਹੀ ਚੁੱਕੇ ਹਾਂ, ਭਾਖੜਾ ਮੈਂ ਤੇ ਤੂੰ ਪੰਜਾਬੀ ਮੂਵੀ ਦੇ ਵਿੱਚ ਵੀਤ ਬਲਜੀਤ ਲੀਡ 'ਚ ਦਿਖਾਈ ਦੇਣਗੇ ਤੇ ਉਹਨਾਂ ਦਾ ਸਾਥ ਦੇਣਗੇ ਇਰਵਿਨ ਮੀਤ। ਇਰਵਿਨ ਮੀਤ ਦੀ ਇਹ ਡੈਬਿਊ ਮੂਵੀ ਹੈ। ਇਸ ਤੋਂ ਇਲਾਵਾ ਮੂਵੀ ਦੇ ਵਿੱਚ ਹਰਬੀ ਸੰਘਾ, ਮਲਕੀਤ ਰਾਉਣੀ, ਸਵਿੰਦਰ ਮਹਲ, ਗੁਰਪ੍ਰੀਤ ਕੌਰ ਭੰਗੂ ਤੇ ਦੀਪਕ ਢਿੱਲੋਂ ਸਪੋਰਟਿਵ ਰੋਲ 'ਚ ਦਿਖਾਈ ਦੇਣਗੇ। ਜੇ ਅਸੀਂ ਗੱਲ ਕਰੀਏ ਮੂਵੀ ਡਾਇਰੈਕਸ਼ਨ ਦੀ ਤਾਂ ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ ਰਾਜੀਵ ਕੁਮਾਰ ਨੇ ਤੇ ਲਿਖਿਆ ਵੀਤ ਬਲਜੀਤ ਨੇ। ਇਸ ਮੂਵੀ ਨੂੰ ਪ੍ਰੈਜੈਂਟ ਕੀਤਾ ਹੈ ਪੂਨੀਆ ਪ੍ਰੋਡਕਸ਼ਨਸ ਤੇ ਸਟ੍ਰੀਟ ਸਟੂਡੀਓ ਨੇ। ਜੇ ਅਸੀਂ ਗੱਲ ਕਰੀਏ ਮੂਵੀ ਦੀ ਰਿਲੀਜ਼ ਡੇਟ ਦੀ ਤਾਂ ਉਹ ਜਲਦੀ ਅਨਾਊਂਸ ਕਰ ਦਿੱਤੀ ਜਾਵੇਗੀ। ਅਸੀਂ ਵੀ ਬਹੁਤ ਐਕਸਾਈਟਡ ਹਾਂ ਵੀਤ ਬਲਜੀਤ ਨੂੰ ਬੜੇ ਪਰਦੇ 'ਤੇ ਦੇਖਣ ਲਈ ਤੇ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਇਹ ਮੂਵੀ ਬਾਕਸ ਆਫਿਸ 'ਤੇ ਵਧੀਆ ਪਰਫਾਰਮ ਕਰੇ ਤੇ ਐਵੇਂ ਪੰਜਾਬੀ ਫਿਲਮ ਐਂਡ ਮਿਊਜ਼ਿਕ ਇੰਡਸਟਰੀ ਦੀ ਹਰ ਅਪਡੇਟ ਲੈਣ ਲਈ ਪੰਜਾਬੀ ਮੂਵੀਜ਼ ਅੱਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ ਨੂੰ ਪ੍ਰੈਸ ਕਰੋ।